ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸ਼ਾਲੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦਰਸ਼ਕੋ, ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਵੱਡੀ ਖਬਰ ਲੈ ਕੇ। ਮੈਂ ਗੱਲ ਕਰਨ ਜਾ ਰਹੀ ਹਾਂ ਜੀ ਸਿੰਘਾਂ ਦੀ। ਤੁਹਾਨੂੰ ਪਤਾ ਹੈ ਕਿ ਸਿੰਘੇ ਦੀ ਹਾਲਾਂ ਦੇ ਵਿੱਚ ਇੱਕ ਕਾਫੀ ਵੱਡੀ ਕੰਟਰੋਵਰਸੀ ਚੱਲੀ ਸੀ। ਇਹ ਕੰਟਰੋਵਰਸੀ ਸੀ ਸਿੰਘਾਂ ਦੀ ਮੀਡੀਆ ਦੇ ਨਾਲ। ਕਿਹਾ ਜਾ ਰਿਹਾ ਸੀ ਕਿ ਸਿੰਘੇ ਦੀ ਇੱਕ ਲਾਈਵ ਸ਼ੋਅ ਦੇ ਦੌਰਾਨ ਕਾਫੀ ਜ਼ਿਆਦਾ ਲੜਾਈ ਹੋ ਗਈ ਸੀ ਅਤੇ ਉਸ ਦੌਰਾਨ ਦੀਆਂ ਕਾਫੀ ਜ਼ਿਆਦਾ ਵੀਡੀਓਜ਼ ਵਾਇਰਲ ਵੀ ਹੋਈਆਂ ਸੀ। ਪਰ ਹੁਣ ਸਿੰਘਾਂ ਨੇ ਆਪਣੇ ਦੂਸਰੇ ਲਾਈਵ ਸ਼ੋਅ ਦੇ ਦੌਰਾਨ ਇਹਨਾਂ ਸਾਰੀਆਂ ਗੱਲਾਂ ਦਾ ਖੁਲਾਸਾ ਕੀਤਾ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਕਿਹਾ ਸਿੰਘਾਂ ਨੇ। ਤੇ ਇੱਕ ਪਿੱਛੇ ਜਿਹੇ ਵੀਡੀਓ ਪੈ ਗਈ ਸੀ ਯੂਟਿਊਬ ਤੇ ਪੇਜਾਂ ਵਾਲਿਆਂ ਨੇ ਕਿ ਸਿੰਘਾਂ ਭੱਜ ਗਿਆ, ਸਿੰਘਾਂ ਭੱਜ ਗਿਆ। ਸੋ ਉਸ ਗੱਲ ਦਾ ਮੈਂ ਜਵਾਬ ਦਿੰਦਾ ਤੁਹਾਨੂੰ। ਜਿਹੜੇ ਤਾਂ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਪਤਾ ਉੱਥੇ ਕੀ ਹੋਇਆ ਸੀ। ਉੱਥੇ ਹਜ਼ਾਰ ਡੇਢ ਹਜ਼ਾਰ ਬੰਦਾ ਸੀ ਆਪਣਾ ਪਿਆਰ ਕਰਨ ਵਾਲਾ ਤੇ ਆਪਣੇ ਬੌਂਸਰ ਰਾਏ ਕਲੱਬ ਟੀਮ, ਇਹ ਭਰਾ ਹਮੇਸ਼ਾ ਸਾਡੇ ਨਾਲ ਬਾਹਾਂ ਜੋੜ ਕੇ ਖੜੇ ਨੇ ਤੇ ਲਵ ਯੂ ਵੀਰਾਂ ਨੂੰ। ਤੇ ਇੱਕ ਕੋਈ ਮੇਰਾ ਵੀਰ, ਛੋਟਾ ਵੀਰ ਆਇਆ ਮੇਰੇ ਕੋਲ, ਕਹਿੰਦਾ ਵੀਰੇ ਫੋਟੋ ਖਿਚਾਉਣੀ ਆ, ਸੈਲਫੀ ਕਰਾਉਣੀ ਆ। ਤੇ ਉੱਥੇ ਰਸ਼ ਬਹੁਤ ਸੀ, ਮੇਰੇ ਬਾਈ ਨੇ ਕਿਹਾ, ਕਹਿੰਦੇ ਯਾਰ ਆਪਾਂ ਭੱਜ ਕੇ ਨਿਕਲੀਏ ਇੱਥੋਂ, ਥੋੜ੍ਹਾ ਜਿਹਾ ਤੇਜ਼ ਹੋ ਜਾਓ। ਮੈਂ ਹੌਲੀ, ਕਹਿੰਦੇ ਥੋੜ੍ਹਾ ਜਿਹਾ ਤੇਜ਼ ਹੋ ਜਾਓ ਵੀਰ ਜੀ, ਇੱਥੇ ਰਸ਼ ਬਹੁਤ ਆ, ਤੇ ਆਪਾਂ ਅੱਗੇ ਜਾ ਕੇ ਖੜ ਜਾਂਗੇ, ਅੱਗੇ ਜਾ ਕੇ ਖੜੇ ਵੀ ਆ ਜਿਨ੍ਹਾਂ ਨੂੰ ਪਤਾ ਹੋਵੇ। ਤੇ ਉਸ ਗੱਲ ਦਾ ਤੁਸੀਂ ਵੀਰਾਂ ਨੇ ਇਸ਼ੂ ਬਣਾ ਲਿਆ ਕਿ ਸਿੰਘਾਂ ਭੱਜਿਆ। ਤੇ ਲਵ ਯੂ ਜੱਟੋ, ਸਿਰਫ ਯਕੀਨ ਰੱਖਿਆ ਕਰੋ, ਸਿੰਘਾਂ ਭੱਜਣ ਵਾਲਿਆਂ ਚੋਂ ਨਹੀਂ, ਭਜਾਉਣ ਵਾਲਿਆਂ ਚੋਂ ਆ। ਜੀ ਹਾਂ, ਇਸ ਵੀਡੀਓ ਤੋਂ ਬਾਅਦ ਤੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਸਿੰਘੇ ਨੇ ਇਸ ਗੱਲ ਦਾ ਖੁਲਾਸਾ ਕਰ ਦਿੱਤਾ ਕਿ ਉਸ ਦਿਨ ਅਸਲ ਦੇ ਵਿੱਚ ਹੋਇਆ ਕੀ ਸੀ। ਇਸ ਪੂਰੇ ਮਾਜਰੇ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਆਪਣੇ ਸੁਝਾਅ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ। ਤੇ ਹੁਣ ਮੈਂ ਚੱਲਦੀ ਹਾਂ, ਅਗਲੀ ਵਾਰ ਆਵਾਂਗੀ ਇੱਕ ਨਵੀਂ ਖਬਰ ਦੇ ਨਾਲ। ਉਸ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪ੍ਰੈਸ ਕਰ ਲਓ ਬੈਲ ਆਈਕਨ ਨੂੰ ਤਾਂ ਕਿ ਅਸੀਂ ਤੁਹਾਨੂੰ ਨਾਲ ਦੀ ਨਾਲ ਅਪਡੇਟਸ ਦਿੰਦੇ ਰਹੀਏ। ਤੇ ਹੁਣ ਮੈਂ ਚੱਲਦੀ ਹਾਂ, ਪਰ ਤੁਸੀਂ ਕਿਤੇ ਨਹੀਂ ਜਾਣਾ, ਤੁਸੀਂ ਦੇਖਦੇ ਰਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ। ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਤੁਸੀਂ ਦੇਖ ਰਹੇ ਹੋ ਚੈਨਲ ਸ਼ਾਨ ਪੰਜਾਬੀ ਮਾਣ ਪੰਜਾਬ ਦਾ।